ਮਜੀਦ ਬੋਲੋ ਚਾਰੇ ਜੀ ਬਸ ਅੱਛਾ ਯਾ ਓਨਲੀ ਵਾਹ ਜੀ ਵਾਹ ਸਾਜਦ ਸਾਹਿਬ ਬਹੁਤ ਪਿਆਰਾ ਸ਼ੌਕ ਸ਼ਿਕਾਰ ਜੀ ਮਲੋਟਾ ਲਿਓ ਬਿਹਤਰੀਨ ਸ਼ੌਕ ਸ਼ਿਕਾਰ ਹੈ ਤੁਹਾਡਾ ਖਿਲਾਰੋ ਤੇਰਾ ਮੈਂ ਇਹਦੀ ਤਸਵੀਰ ਵੀ ਕਰਨੀ ਅਸਲਾਮ ਵਾਲੇਕਮ ਜੀ ਤਮਾਮ ਵਿਵਰ ਜਨਾਬ ਕੈਸੇ ਹੋ ਖਰੀਅਤ ਨਾਲ ਠੀਕ ਹੋ ਉਮੀਦ ਹੈ ਖੈਰ ਖਰੀਅਤ ਨਾਲ ਹੋ ਗਏ ਅਸੀਂ ਜਨਾਬ ਮੌਜੂਦ ਹਾਂ ਮਲੋਟ ਚੌਧਰੀ ਸਾਜਰ ਸਾਹਿਬ ਦੇ ਡੇਰੇ ਤੇ ਜਨਾਬ ਤੇ ਜਾਨਵਰ ਤੁਹਾਨੂੰ ਦਿਖਾਉਣ ਲੱਗੇ ਹਾਂ ਉਹਦੇ ਹਵਾਲੇ ਨਾਲ ਜਨਾਬ ਮਾਲੂਮਾਤ ਜਾਨਵਰ ਦਾ ਨਾਂ ਕੀ ਹੈ ਕਿੰਨੇ ਮੈਚ ਲੜੇ ਹੈ ਠੀਕ ਹੈ ਇਹ ਜਨਾਬ ਸ਼ੌਕ ਸ਼ਿਕਾਰ ਚੌਧਰੀ ਪਰਵੇਸ਼ ਸਾਹਿਬ ਪੈਂਦਾ ਤਾਂ ਨਹੀਂ ਚੌਧਰੀ ਪਰਵੇਸ਼ ਸਾਹਿਬ ਜਨਾਬ ਚੌਧਰੀ ਸਾਜਰ ਸਾਹਿਬ ਅੱਲਾ ਜੀ ਦਾ ਨੰਬਰਦਾਰ ਸਾਹਿਬ ਚੌਧਰੀ ਜਮੀਲ ਸਾਹਿਬ ਤੇ ਜਨਾਬ ਇਹਨਾਂ ਸਾਰਿਆਂ ਭਰਾਵਾਂ ਦਾ ਸ਼ੌਕ ਸ਼ਿਕਾਰ ਹੈ ਜਨਾਬ ਪੈਂਥਰ ਗਰੁੱਪ ਤੇ ਇਹ ਜਾਨਵਰ ਦੇ ਹਵਾਲੇ ਨਾਲ ਪੁੱਛਣੇ ਆ ਜੀ ਇਸ ਜਾਨਵਰ ਦੇ ਹਵਾਲੇ ਨਾਲ ਦੱਸੋ ਇਹ ਜਾਨਵਰ ਦਾ ਨਾਂ ਕੀ ਹੈ ਤੇ ਕਿੱਥੋਂ ਆਇਆ ਤੇ ਕਿਵੇਂ ਆਇਆ ਤੇ ਕਿਹਨੇ ਲੜਿਆ ਇਸਦਾ ਫਰੰਗੀ ਨਾਮ ਹੈ ਜੀ ਅੱਛਾ ਇਹ ਹੈਡ ਸੁਲੇਮਾਨ ਤੋਂ ਆਇਆ ਸੀ ਜੀ ਅੱਛਾ ਹਾਂਜੀ ਹੈਡ ਸੁਲੇਮਾਨ ਕੀ ਤੋਂ ਆਇਆ ਸੀ ਤੇ ਫਰੰਗੀ ਨਾਂ ਇਹਦਾ ਤੇ ਮੈਚ ਲਵਾ ਗੁੱਤਾ ਲਵੈ ਤਪਣੀਆਂ ਜੇ ਪਹਿਲਾ ਮੈਚ ਇਸ ਸੀਜ਼ਨ ਗੇਮ ਕਰੇਗਾ ਇਨਸ਼ਾਅੱਲਾ ਇਸ ਸੀਜ਼ਨ ਵਿੱਚ ਰੜੀਏ ਜਨਾਬ ਤੇ ਇੱਥੇ ਬੰਦੇ ਨੂੰ ਪੜਦਾ ਥੋੜਾ ਬਹੁਤਾ ਪੈਂਦਾ ਤੇ ਮੈਂ ਪਿੱਛੇ ਰਹਿਣਾ ਵਾ ਤੁਸੀਂ ਖਲੋਵੋ ਸ਼ੀਸ਼ੇ ਚੋ ਆਪਣੀ ਤਸਵੀਰ ਵੇਂਦਾ ਨਾ ਇੱਥੇ ਮੂੰਹ ਠੀਕ ਹੈ ਜਾਂ ਬਾਹਰ ਆ ਜਾਵੇ ਆ ਜਾਓ ਬਾਹਰ ਥੋੜੀ ਦੇਰ ਉਹਦਾ ਰੰਗ ਕਲੀਅਰ ਬਣਦੀ ਹੈ ਵਾਹ ਜੀ ਵਾਹ ਜਾਨਵਰ ਤੇ ਸੋਹਣਾ ਜੀ ਕੱਦ ਕਿੰਨਾ ਹੋਣਾ ਇਹਦਾ ਜਮੀਲ ਸਾਹਿਬ 32 ਤੋਂ ਸੀ ਕਿਉਂ ਜੀ 32 ਵਾਹ ਜੀ ਵਾਹ ਮਾਰਫਤ ਬੋਲ ਲਓ ਜੀ ਭਾਈ ਜੀ ਕਿਹੜੇ ਕਿਹੜੇ ਬੰਦੇ ਨੇ ਤੁਹਾਡੇ ਇਸ ਜਾਨਵਰ ਨਾਲ ਮਜ਼ੀਦ ਬੋਲ ਲਓ ਚਾਰੇ ਜੀ ਬਸ ਅੱਛਾ ਯਾ ਓਨਲੀ ਵਾਹ ਜੀ ਵਾਹ ਸਾਜਦ ਸਾਹਿਬ ਬਹੁਤ ਪਿਆਰਾ ਸ਼ੌਕ ਸ਼ਿਕਾਰ ਜੀ ਮਲੋਟਾ ਲਿਓ ਬਿਹਤਰੀਨ ਸ਼ੌਕ ਸ਼ਿਕਾਰ ਹੈ ਤੁਹਾਡਾ ਖਿਲਾਰੋ ਤੇਰਾ ਮੈਂ ਇਹਦੀ ਤਸਵੀਰ ਵੀ ਕਰਨੀ ਕਮਾਲ ਹੈ ਬਈ ਕਿਆ ਬਾਤ ਹੈ ਅੱਛਾ ਜਾਨਵਰ ਜੀ ਰਾਏ ਅਰਸ਼ਰ ਸਾਹਿਬ ਜਨਾਬ ਜਮੀਲ ਸਾਹਿਬ ਜੀ ਤੇ ਤੁਹਾਡਾ ਕੀ ਨਾਂ ਹੈ ਫੈਸਲ ਫੈਸਲ ਬਾਈ ਤੇ ਜਾਨਵਰ ਦਾ ਕੀ ਨਾਂ ਹੈ ਫਰੰਗੀ ਫਰੰਗੀ ਕਮਾਲ ਦਾ ਜਾਨਵਰ ਹੈ ਜੀ ਕਿਆ ਬਾਤ ਹੈ ਫਰੰਗੀ ਜੀ ਬਹੁਤ ਹੀ ਆਲਾ ਜਾਨਵਰ ਇਹ ਕਿੰਨੀਆਂ ਕੁ ਤਪਣੀਆਂ ਹੋਏ ਆ ਚਾਰ ਤਪਣੀਆਂ ਇਸ ਦੀਆਂ ਵੀ ਨੇ ਚਾਰ ਤਪਣੀਆਂ ਹੋਏ ਆ ਕਿੰਨੇ ਕਿੰਨੇ ਮਿੰਟ ਦੀਆਂ ਇਹ ਤਕਰੀਬਨ 7-7-8-8 ਮਿੰਟ ਦੀਆਂ ਤਪਣੀਆਂ ਸਾਰੀਆਂ ਜਿਹੜੀਆਂ ਸੀ ਅੱਛਾ ਗੇਮ ਕਿਹੜੀ ਕਰਦਾ ਗ੍ਰਿਪ ਗੇਮ ਜ਼ਿਆਦਾਤਰ ਥੱਲੇ ਦੀ ਕੋਈ ਹੁੰਦਾ ਲੱਤਾਂ ਦੀ ਕਰਦੇ ਨੇ ਕੁਝ ਯੂਨੀਵਰਸਲ ਕੰਨ ਦੀ ਅੱਛਾ ਜਾਨਵਰ ਤੁਹਾਨੂੰ ਜਿਹੜਾ ਉੱਤੇ ਦੀ ਗੇਮ ਕਰੇ ਅੱਛਾ ਯੂਨੀਵਰਸਲ ਗੇਮ ਇਸ ਦੀ ਹੈ ਜਿਹੜੀ ਸਾਈਡ ਤੇ ਪਹੁੰਚ ਜਾ ਸਹੀ ਹੈ ਮਤਲਬ ਇਹ ਮੌਕੇ ਮਾਲ ਦੇ ਮੁਤਾਬਕ ਹੈ ਉੱਤੇ ਵੀ ਗੇਮ ਕਰਦਾ ਥੱਲੇ ਵੀ ਕਰਦਾ ਸਹੀ ਹੋ ਗਿਆ ਜੀ ਖੂਬਸੂਰਤ ਜਾਨਵਰ ਜੀ ਵਾਹ ਸ਼ਿਕਾਰੀ ਭਰਾਵਾਂ ਨੂੰ ਪਸੰਦ ਆਵੇ ਜਿਹੜੇ ਭਰਾ ਸਾਡੇ ਸ਼ੌਕ ਸ਼ਿਕਾਰ ਰੱਖਣ ਵਾਲੇ ਇੰਡੀਆ 'ਚ ਨੇ ਜਿਹੜੇ ਪਾਕਿਸਤਾਨ 'ਚ ਨੇ ਜਨਾਬ ਅਤੇ ਚੈਨਲ ਨੂੰ ਵੀ ਅਗਰ ਅੱਜ ਸੌਖਾ ਹੋਵੇ ਜਨਾਬ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਬੈਲ ਦੀ ਕੰਟੀਨਿਊ ਕਲਿੱਕ ਕਰਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਦੀ ਸੂਰਤ 'ਚ ਚਾਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਸਾਜਦ ਸਾਹਿਬ ਦਾ ਸ਼ੌਕ ਸ਼ਿਕਾਰ ਬਹੁਤ ਪਿਆਰਾ ਜੀ ਇਹਦੀ ਹਾਈਟ ਕਿੰਨੀ ਹੈ 32 32 ਹੈ ਜੀ ਜਾਂ ਜ਼ਿਆਦਾ 32 ਹੋਏਗਾ ਵਾਹ ਜੀ
ਟੱਪਣੀਆਂ ਕਿੰਨੇ ਕਿੰਨੇ ਮਿੰਟ ਦੀਆਂ ਕਰਾਈਆਂ ਜਿਹੜੀਆਂ 7 ਮਿੰਟ ਕੋ 8 ਮਿੰਟ ਇਸ ਤਰ੍ਹਾਂ ਜਿਹੜਾ ਨਾ ਸ਼ਾਮਿਲ ਹੈ। ਗਰਮੀ ਬੜੀ ਡਾਢੀ ਧੁੱਪ ਜਿਹੜੀ ਲੱਗੀ ਨਾ ਅੱਜ ਤੇ ਜਨਾਬ ਸ਼ੀਸ਼ੇ ਨੂੰ ਵੇਖ ਕੇ ਨਾ ਤੇ ਜ਼ੋਰ ਦਿੰਦਾ ਕਿਉਂ ਅਰਸ਼ਦ ਬਾਈ ਬਿਲਕੁਲ ਜੀ ਕੀ ਜਾਨਵਰ ਦੇ ਕਮੈਂਟਸ ਦਿੰਦੇ ਹੋ ਅੱਛਾ ਜਾਨਵਰ ਬੜਾ ਨਸਲੀ ਜਾਨਵਰ ਹੈ ਜੀ ਬੜਾ ਜਿਹੜਾ ਬਲੱਡ ਥੋੜਾ ਜਿਹਾ ਸ਼ੀਸ਼ੇ ਤੋਂ ਪਰ ਉਹ ਉੱਥੇ ਰੱਖੋ ਅੱਗੇ ਕਰਕੇ ਭਰਾ ਭਰਾ ਉਸ ਪਾਸੇ ਉਧਰ ਵੀ ਸ਼ੀਸ਼ਾ ਅੱਛਾ ਤਸਵੀਰ ਨਜ਼ਰ ਆਉਂਦੀ ਸੀ ਤੀ ਇੱਧਰ ਸ਼ੀਸ਼ੇ 'ਚ ਅੱਛਾ ਅੱਛਾ ਇਹ ਜੀ ਉਹਨੂੰ ਸ਼ੀਸ਼ੇ 'ਚੋਂ ਆਪਣੀ ਆਪਣਾ ਅਕਸ ਨਜ਼ਰ ਆ ਰਿਹਾ ਵਾਹ ਜੀ ਵਾਹ ਔਰ ਕਿਹੜੇ ਮੈਚ 'ਚ ਇਰਾਦਾ ਰੱਖਦੇ ਹੋ ਪੈਂਥਰ ਗਰੁੱਪ ਦੇ ਮੈਚ 'ਚ ਹੀ ਕਿਸੇ ਲੜਸੀ ਜੀ ਅੱਛਾ ਹਾਂਜੀ ਇੱਕ ਤੇ ਸਾਰੇ ਹੋ ਗਏ ਨੇ ਸਹੀ ਹੈ ਅੱਗੇ ਹੋ ਸਕਦਾ ਖਾਨ ਸਾਹਿਬ ਵਾਲੇ ਮੈਚ ਤੇ ਲੜੇ ਤੁਸੀਂ ਹਾਂ ਹੋ ਸਕਦਾ ਹੈ ਹੋ ਸਕਦਾ ਜੀ ਖਾਨ ਫਿਕਸ ਹੈ ਨਾ ਸਾਜ ਸਾਹਿਬ ਦਾ ਪੈਂਥਰ ਗਰੁੱਪ ਤੇ ਸਰਦਾਰ ਕਿਉਂ ਦਾ ਜਿਹੜਾ ਮੈਚ ਹੈ ਨਾ ਜੀ ਉਹਦੇ 'ਚ ਫਿਕਸ ਹੈ ਕਿਹੜਾ ਜਾਨਵਰ ਉੱਥੇ ਹਾਲੇ ਮਹੀਨਾ ਪਹਿਲੇ ਸ਼ੋਅ ਹਾਲੇ ਮਹੀਨਾ ਪਹਿਲੇ ਸ਼ੋਅ ਹੋ ਸਕਦਾ ਇਹੀ ਹੋਵੇ ਕੀ ਪਤਾ ਹੋ ਸਕਦਾ ਇਹ ਹੋ ਜਾਏ ਮਹੀਨਾ ਜਿਸ ਵੇਲੇ ਮੀਟਿੰਗ ਫਿਰ ਫਿਕਸ ਹੋਏਗੀ ਨਾ ਸਹੀ ਹੋ ਗਿਆ ਜੀ ਬਹੁਤ ਹੀ ਕਮਾਲ ਦਾ ਜਾਨਵਰ ਹੈ ਜੀ ਆਊਟ ਕਲਾਸ ਸ਼ਿਕਾਰੀ ਭਰਾਵਾਂ ਨੂੰ ਸ਼ੌਕ ਸ਼ਿਕਾਰ ਜਨਾਬ ਪਸੰਦ ਆਏਗਾ ਇਹਨਾਂ ਦਾ ਸ਼ੀਸ਼ੇ 'ਚ ਵੇਖ ਕੇ ਜਨਾਬ ਆਪਣਾ ਆਪ ਜਨਾਬ ਜ਼ੋਰ ਜ਼ਮਾਈ ਕਰਦਾ ਵਾਹ ਕਮਾਲ ਹੈ ਜੀ ਕਿਆ ਜਾਨਵਰ ਹੈ ਜੀ ਕਮਾਨੀ ਹੈ ਔਰ ਇਹ ਕਿਹੜੇ ਕੁੱਤਿਆਂ 'ਚੋਂ ਪਤਾ ਕੋਈ ਥੋੜ੍ਹਾ ਬਹੁਤ ਇਹ ਸਾਡੇ ਬੜੇ ਦੋਸਤ ਕਰੀਬੀ ਨੇ ਰਾਏ ਸੁਹੇਲ ਸਾਹਿਬ ਇਹ ਉਹਨਾਂ ਦੇ ਕੁੱਤੇ ਦਾ ਬੱਚਾ ਰਾਏ ਸੁਹੇਲ ਸਾਹਿਬ ਹਵੇਲੀ ਲੱਖੇ ਦੋ ਜਿਹਨਾਂ ਦੇ ਪੱਟੇ ਤੁਸੀਂ ਵਿਖਾਏ ਸਨ ਜਿਹਨਾਂ ਦੇ ਪੱਟੇ ਵਿਖਾਏ ਸਨ ਵਾਹ ਜੀ ਵਾਹ ਇਹ ਵੀ ਪੱਟਾ ਉੱਥੋਂ ਤਾਂ ਨਹੀਂ ਆਇਆ ਕਿਧਰੋਂ ਨਹੀਂ ਇਹ ਜ਼ਹਿਰੀ ਗੱਲ ਹੁਣ ਆਪਣੀ ਬਲੱਡ ਲਾਈਨ ਦਾ ਕੁੱਤਾ ਦੇ ਦਿੱਤਾ ਇਹਨਾਂ ਦੇ ਪੱਟਾ ਦਿੰਦੇ ਸਨ ਅੱਛਾ ਨਹੀਂ ਪੱਟੇ ਸਿਰਫ ਸਾਡੇ ਵਾਸਤੇ ਭੇਜੇ ਇਹਨੇ ਬੜੇ ਔਖੇ ਜੇ ਅੱਛਾ ਇਧਰ ਕੁੱਤਾ ਉਹਨਾਂ ਦੀ ਬਲੱਡ ਲਾਈਨ ਦਾ ਦੇ ਦਿੱਤਾ ਇਹਨੇ ਇਹ ਬੜੀ ਗੱਲ ਨਾਂ ਕੀ ਦੱਸਿਆ ਜਿਹਦਾ ਫਰੰਗੀ ਫਰੰਗੀ ਨਾਂ ਹੈ ਜੀ ਬੜੀ ਆਊਟ ਕਲਾਸ ਜਾਨਵਰ ਮੂਨ ਕਿੱਧਰ ਗਿਆ ਸ਼ਾਟ ਕਮਾਲ ਦਾ ਖੜਿਆ ਜੀ ਖਲੋਣੀ ਆਪਣੀ ਕਿਉਂ ਜੀ ਜਾਨਵਰ ਮੈਂ ਪਹਿਲਾਂ ਬੜਾ ਖਲੋਂਦਾ ਸਹੀ ਐਕਟਿਵ ਹੋ ਕੇ ਹੈ ਨਾ ਵੇਖੋ ਜ਼ਰਾ ਵਾਹ ਕੁੱਤੇ ਨੂੰ ਵੇਖ ਕੇ ਕੈਸਾ ਰੁਖ ਕਰਦਾ ਸਹੀ ਖਿਚਵਾ ਜਾਂਦਾ ਜ਼ਬਰਦਸਤ ਇੱਕ ਖਿਲਾਰੋ ਜ਼ਰਾ ਸ਼ਾਟ ਬਣਾਉਣੀ ਮੈਨੂੰ ਬਣਾਈਏ ਐਨ ਸਾਹਮਣੇ ਖਿਲਾਰੋ ਸਿੱਧਾ ਨਹੀਂ ਸਟੇਟ ਇੱਧਰ ਮੂੰਹ ਇੱਧਰ ਸ਼ਾਟ ਜਿਹੜੀ ਉਹ ਸਟੇਟ ਬਿਲਕੁਲ ਸਿੱਧਾ ਇੱਥੇ ਖੜਾ ਕਰੋ ਚੱਲ ਬਣਾ ਲੈ ਬਸ ਸੋਹਣਾ ਜਾਨਵਰ ਹੈ ਜਰਾ ਕਮਾਲ ਦਾ ਜੀ ਹੱਥ ਜਾਨਵਰ ਦੀ ਕਮਾਨੀ ਸੋਹਣੀ ਸੁੱਕੀ ਹੋ ਜੀ ਬਿਲਕੁਲ ਜੀ ਲਓ ਜੀ ਇਹ ਸਾਡੀ ਛੋਟੀ ਜਿਹੀ ਵੀਡੀਓ ਹੈ ਜਨਾਬ ਅਤੇ ਅਗਲੀ ਵੀਡੀਓ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਜਾਨਵਰ ਪਸੰਦ ਆਵੇ ਕਮੈਂਟ ਜ਼ਰੂਰ ਦਿਆ ਕਰੋ
ਸ਼ਿਕਾਰੀਆਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ, ਬੜੀ ਮਿਹਨਤ ਹੁੰਦੀ ਹੈ ਇਹਨਾਂ ਜਾਨਵਰਾਂ ਤੇ, ਬੜੇ ਬੜੇ ਮਹਿੰਗੇ ਜਾਨਵਰ ਆਉਂਦੇ ਨੇ, ਫਿਰ ਇਹਨਾਂ ਨਾਲ ਘੁਲਣਾ ਪੈਂਦਾ ਦੋ ਦੋ ਮਹੀਨੇ। ਤੇ ਜਨਾਬ ਚੰਦ ਸੈਕਿੰਡ ਦਾ ਟਾਈਮ ਕੱਢ ਕੇ ਤੇ ਕਮੈਂਟ ਜ਼ਰੂਰ ਦਿਆ ਕਰੋ, ਜਾਨਵਰ ਅੱਛਾ ਹੈ ਮਾੜਾ ਹੈ ਜੋ ਵੀ ਹੈ, ਤੇ ਮਿਹਰਬਾਨੀ ਤੁਹਾਡੀ ਜੀ। ਤੇ ਜਮੀਲ ਸਾਹਿਬ ਠੀਕ ਹੋ ਗਿਆ ਜੀ? ਜ਼ਬਰਦਸਤ, ਬਿਹਤਰੀਨ ਹੋ ਗਿਆ ਜੀ। ਅੱਲਾ ਹਾਫਿਜ਼।